ਲੁਧਿਆਣਾ ਤੋਂ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਜਿੱਤਣ ਵਾਲੇ ਤਰਨ ਸ਼ਰਮਾ ਨੇ ਅਮੈਰੀਕਾ ਦੇ ਵਿੱਚ ਇੱਕ ਵਾਰ ਫਿਰ ਗੋਲਡ ਮੈਡਲ ਜਿੱਤਿਆ, ਪਰ ਉਹ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਨਾਊਂਸਮੈਂਟ ਜਾਂ ਕੋਈ ਪੱਤਰ ਅਜੇ ਤੱਕ ਪ੍ਰਾਪਤ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਤਰਨ ਸ਼ਰਮਾ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀਗਾ, ਜਿਸ ਕਰਕੇ ਉਹ ਨਿਰਾਸ਼ ਵੀ ਰਿਹਾ। ਇਸੇ ਤਰ੍ਹਾਂ ਹੀ ਹਰਮਿਲਾਨ ਕੌਰ, ਜਿਹੜੀ ਪੰਜਾਬ ਦੀ ਧੀ ਸੀ ਜਿਹਨੇ ਐਥਲੈਟ ਦੇ ਵਿੱਚ ਗੋਲਡ ਮੈਡਲ ਜਿੱਤਿਆ, ਉਹ ਵੀ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਖੇਡਣ ਲੱਗ ਗਈ ਹੈ, ਕਿਉਂਕਿ ਪੰਜਾਬ ਸਰਕਾਰ ਨੇ ਉਨਾ ਮਾਣ ਸਨਮਾਨ ਨਹੀਂ ਦਿੱਤਾ। ਅਤੇ ਉਸੇ ਦੀ ਕਹਾਣੀ ਤਰਨ ਸ਼ਰਮਾ ਵੀ ਦੱਸ ਰਿਹਾ ਕਿ ਕਿਵੇਂ ਹਜੇ ਤੱਕ ਉਹ ਆਪਣੀ ਮਿਹਨਤ ਨਾਲ ਇੱਥੇ ਤੱਕ ਪਹੁੰਚਿਆ, ਪਰ ਪੰਜਾਬ ਸਰਕਾਰ ਦਾ ਹਜੇ ਤੱਕ ਕੋਈ ਵੀ ਨੁਮਾਇੰਦਾ ਉਹਦੇ ਤੱਕ ਨਹੀਂ ਪੁੱਜਿਆ। ਤੁਸੀਂ ਸੁਣੋ ਤਰਨ ਸ਼ਰਮਾ ਦੀ ਇਹ ਵਾਰਤਾਲਾਪ। ਜੈ ਕਿਰਾਮ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਪੈਰਾ ਕਰਾਟੇ ਐਥਲੀਟ ਤਰਨ ਸ਼ਰਮਾ। ਵੀਰੇ, ਅੱਜ ਮੈਨੂੰ ਅਮੈਰੀਕਾ ਦੀ ਧਰਤੀ 'ਤੇ ਜਿੱਤੇ ਨੂੰ 9 ਤੋਂ 10 ਦਿਨ ਹੋ ਚੁੱਕੇ ਨੇ, ਅਤੇ ਮੈਂ ਇਹ ਗੱਲ ਦੱਸਣੀ ਚਾਹੂੰਗਾ ਸਾਰੇ ਆਪਣੇ ਭੈਣ ਭਰਾਵਾਂ ਨੂੰ ਕਿ ਪੰਜਾਬ ਸਰਕਾਰ ਨੇ ਨਾ ਹੀ ਮੈਨੂੰ ਹੁਣ ਤੱਕ ਕੋਈ ਮੈਸੇਜ ਭੇਜਿਆ ਅਤੇ ਨਾ ਹੀ ਮੈਨੂੰ ਕੋਈ ਕੋਲ ਆਇਆ। ਅਤੇ ਦੂਜੇ ਪਾਸੇ ਮੈਂ ਪੰਜਾਬ ਸਰਕਾਰ ਨੂੰ ਅਤੇ ਸਾਰੀ ਜਨਤਾ ਨੂੰ ਇਹੀ ਸਵਾਲ ਪੁੱਛੂੰਗਾ ਕਿ ਮੈਂ ਕੁਛ ਗਲਤ ਕਰ ਰਿਹਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਰਿਹਾ, ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ, ਜਾਂ ਮੈਂ ਹੈਂਡੀਕੈਪਟ ਆਇਆ, ਮੈਂ ਗਰੀਬ ਫੈਮਿਲੀ ਤੋਂ ਉੱਠ ਕੇ ਇੰਨਾ ਕੁਛ ਕਰ ਰਿਹਾ ਕਿ ਮੈਂ ਕੁਛ ਗਲਤ ਕਰ ਰਿਹਾ, ਅਤੇ ਫਿਰ ਕਿਉਂ ਮੈਨੂੰ ਪੰਜਾਬ ਸਰਕਾਰ ਇਗਨੋਰ ਕਰ ਰਹੀ ਹੈ? ਜਦ ਤਾਂ ਆਪਣੀ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਅਸੀਂ ਆਮ ਬੰਦੇ ਨਾਲ ਗਰੀਬ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ, ਮੇਰੇ ਨਾਲ ਤਾਂ ਕੋਈ ਖੜੇ ਨਹੀਂ। ਇੱਕ ਫਾਦਰ ਸਾਹਿਬ ਸੀਗੇ, ਉਹ ਵੀ ਇਸ ਦੁਨੀਆ 'ਤੇ ਨਹੀਂ ਰਹੇ। ਉਮੀਦ ਸੀਗੀ ਕਿ ਆਮ ਆਦਮੀ ਪਾਰਟੀ ਆਊਗੀ, ਕੁਛ ਮੇਰੇ ਲਈ ਕਰੂਗੀ, ਉਸ ਹੈਂਡੀਕੈਪ ਸਪੋਰਟਸ ਪਲੇਅਰਾਂ ਲਈ ਕਰੂਗੀ, ਕੁਛ ਵੀ ਨਹੀਂ ਹੋਇਆ। ਮੈਂ ਅੰਦਰੋਂ ਇੰਨਾ ਭਰਿਆ ਹੋਇਆ, ਮੇਰੇ ਇੰਨਾ ਗੁੱਸਾ ਹੈ ਨਾ, ਕੱਢਣ ਨੂੰ ਮੈਂ ਕੱਢ ਸਕਦਾ, ਪਰ ਉਹਨਾਂ ਦੇ ਵਿੱਚ ਤੇ ਮੇਰੇ 'ਚ ਫਿਰ ਫਰਕ ਕੀ ਰਹਿ ਜੂਗਾ? ਹੁਣ ਵੀ ਜੇ ਕੋਈ ਆ ਲੀਡਰ, ਐਮ ਪੀ ਜਾਂ ਐਮ ਐਲ ਏ, ਕੋਈ ਵੀ ਮੇਰੀ ਇਹ ਵੀਡੀਓ ਦੇਖੇ ਨਾ, ਤਾਂ ਪਲੀਜ਼ ਹੁਣ ਤਾਂ ਕੁਛ ਕਰੋ, ਕਿਉਂਕਿ ਮੈਨੂੰ ਇੰਨੇ ਕੁ ਮੈਸੇਜ ਆਉਂਦੇ ਆ ਕਿ ਵੀਰੇ ਤੈਨੂੰ ਪੰਜਾਬ ਸਰਕਾਰ ਨੇ ਜੋਬ ਦਿੱਤੀ, ਅਸੀਂ ਗੇਮ ਕਰਨਾ ਚਾਹੁੰਦੇ ਹਾਂ, ਕਿਹੜੇ ਮੂੰਹ ਨਾਲ ਉਹਨਾਂ ਨੂੰ ਕਹਾਂ ਮੈਂ ਤੁਸੀਂ ਗੇਮ ਕਰੋ? ਬਾਕੀ ਮੈਂ ਆਪਣੇ ਭਰਾਵਾਂ ਨੂੰ ਪੰਜਾਬ ਦੇ ਅਤੇ ਹਿੰਦੁਸਤਾਨ ਇੰਡੀਆ ਦੇ ਭਰਾਵਾਂ ਨੂੰ ਇਹੀ ਸਵਾਲ ਪੁੱਛੂੰਗਾ ਕਿ ਪਲੀਜ਼ ਜੇ ਤੁਹਾਨੂੰ ਲੱਗਦਾ ਨਾ, ਮੈਨੂੰ ਪਲੀਜ਼ ਮੇਰਾ ਕਸੂਰ ਦੱਸ ਦਿਓ ਕਿ ਮੈਨੂੰ ਕਿਉਂ ਇਗਨੋਰ ਕੀਤਾ ਜਾਂਦਾ ਹਰੇਕ ਵਾਰ? ਜੇ ਮੈਂ ਕੁਝ ਗਲਤ ਕਰ ਰਿਹਾ ਤਾਂ ਮੈਂ ਸਜ਼ਾ ਦਾ ਭਾਗੀ ਹਾਂ, ਮੈਨੂੰ ਸਜ਼ਾ ਦਿਓ, ਮੈਂ ਮਨਜ਼ੂਰ ਹਾਂ, ਮੈਨੂੰ ਸਜ਼ਾ ਜੋ ਵੀ ਤੁਸੀਂ ਦੇਣੀ ਹੈ, ਪਰ ਮੇਰਾ ਬਣਦਾ ਮਾਨ ਸਨਮਾਨ ਤਾਂ ਮੈਨੂੰ ਦੇ ਦਿਓ। ਫਿਰ ਜੇ ਕੁਝ ਬੋਲਦਾ ਤਾਂ ਫਿਰ ਮਨਿਸਟਰ ਦਾ, ਸਪੋਰਟ ਮਨਿਸਟਰ ਸਾਹਿਬ ਦਾ ਬਿਆਨ ਆ ਜਾਂਦਾ,
ਤੁਸੀਂ ਫੇਕ ਖੇਡਦੇ ਹੋ ਜੀ, ਤੁਸੀਂ ਫੇਕ ਖੇਡਦੇ ਹੋ, ਨੌਕਰੀਆਂ ਮੰਗਦੇ ਹੋ। ਮੈਂ ਤਾਂ ਹੈਰਾਨ ਹਾਂ, ਉਹਦਾ ਜਵਾਬ ਵੀ ਮੇਰੇ ਕੋਲ ਹੈਗਾ, ਉਹਦਾ ਜਵਾਬ ਵੀ ਮੈਂ ਦੇਣ ਨੂੰ ਤਿਆਰ ਹਾਂ, ਪਰ ਹਜੇ ਨਹੀਂ। ਆਹ ਵੀਡੀਓ ਵੀਰੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਸ, ਤਾਂ ਕਿ ਉਹ ਭੈਣ ਭਰਾ, ਗਰੀਬ ਭੈਣ ਭਰਾ, ਹੈਂਡੀਕੈਪਟ ਬੱਚੇ ਜਿਹੜੇ ਸੋਚਦੇ ਆ ਕਿ ਗੇਮ 'ਚ ਫਿਊਚਰ ਬਣੂਗਾ ਪੰਜਾਬ ਸਰਕਾਰ 'ਚ, ਜੇ ਆਮ ਆਦਮੀ ਪਾਰਟੀ ਹੈਗੀ ਹੈ ਤਾਂ। ਨਹੀਂ ਬਣਨਾ ਵੀਡੀਓ, ਨਹੀਂ ਬਣਨਾ, ਬਹੁਤ ਮੁਸ਼ਕਿਲ ਹੈ। ਬਾਕੀ NRI ਭਰਾਵਾਂ ਦਾ ਦਿਲੋਂ ਸ਼ੁਕਰੀਆ, ਜਿਹੜੇ ਮੈਨੂੰ ਸਪੋਰਟ ਕਰਦੇ ਨੇ, ਜਿਹੜੇ ਮੇਰਾ ਦਰਦ ਸਮਝਦੇ ਆ, ਜਿਹੜੇ ਮੈਨੂੰ ਪੰਜਾਬ ਦਾ ਪੁੱਤ ਸਮਝਦੇ ਨੇ। ਦਿਲੋਂ ਧੰਨਵਾਦ ਤੁਹਾਡਾ ਵੀਰੇ, ਦਿਲੋਂ ਧੰਨਵਾਦ। ਮੈਂ 7 ਜਨਮ ਵੀ ਲੈ ਲੈਣਾ ਤੁਹਾਡਾ, ਨਹੀਂ ਦਿੱਤਾ ਨਹੀਂ ਦੇ ਸਕਦਾ ਵੀਰੇ, ਦਿਲੋਂ ਧੰਨਵਾਦ। ਚੰਗਾ ਵੀਰੇ, ਜੇ ਕੁਛ ਮਾੜਾ ਤੀੜਾ ਕਿਹਾ ਤਾਂ ਦਿਲੋਂ ਮਾਫ਼ ਕਰਿਓ, ਅਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਜੈ ਕੀ ਰਾਮ, ਸਤਿ ਸ਼੍ਰੀ ਅਕਾਲ।